ਇੱਕ ਸ਼ਿਸ਼ਟਾਚਾਰੀ ਮੁਲਾਕਾਤ ਸੀਗੀ, ਪਰ ਜਿਸ ਕਿਸਮ ਦੇ ਹਾਲਾਤ ਪਿਛਲੇ 2 ਦਿਨਾਂ ਦੇ ਵਿੱਚ ਸਾਹਮਣੇ ਆਏ ਹੈ, ਵੈਸੇ ਤਾਂ ਪੰਜਾਬ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ, ਪਰ ਪਿਛਲੇ ਕੁਝ 2-3 ਦਿਨਾਂ ਤੋਂ ਜਿਸ ਕਿਸਮ ਦੀ ਘਟਨਾਵਾਂ ਵਾਪਰ ਰਹੀਆਂ ਪੰਜਾਬ ਦੇ ਵਿੱਚ, ਅੱਜ ਸਾਰਾ ਪੰਜਾਬ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ। ਪਤਾ ਨਹੀਂ ਕਿਸ ਕਿਸਮ ਦੇ ਰਾਜ ਦੀ ਕਲਪਨਾ ਲੋਕ ਕਰੀ ਜਾਂਦੇ ਹੈ। ਅੱਜ ਤਾਂ ਮੈਂ ਕਹੂੰਗਾ ਪੰਜਾਬ ਦੇ ਅੰਦਰ ਤਾਲਿਬਾਨੀ ਰਾਜ ਬਣਿਆ ਹੋਇਆ, ਜਿਹਦਾ ਜਿੱਥੇ ਚਾਹੇ ਲੁਧਿਆਣਾ ਦੇਖ ਲਓ, ਚਾਹੇ ਮੌੜ ਮੰਡੀ ਦੇਖ ਲਓ, ਚਾਹੇ ਬਟਾਲਾ ਹੋਇਆ, ਹੁਣ ਕਹਿੰਦੇ ਤਰਨ ਤਾਰਨ ਦੇ ਅੰਦਰ ਜਿਸ ਕਿਸਮ ਦੇ ਹਾਲਾਤ ਬਣ ਰਹੇ ਹੈ, ਕਾਨੂੰਨ ਵਿਵਸਥਾ ਦਾ ਦਿਵਾਲਾ ਨਿਕਲਿਆ ਪਿਆ। ਸਰਕਾਰ ਐਬਸੋਲੂਟਲੀ ਫੇਲ ਹੋ ਚੁੱਕੀ ਹੈ। ਜਿਸ ਕਿਸਮ ਦੇ ਹੱਥਕੰਡਿਆਂ ਦੇ ਉੱਤੇ ਸਰਕਾਰ ਉਤਰ ਆਈ, ਉਤਰ ਕੇ ਜਲੰਧਰ ਦਾ ਜਿਹੜਾ ਜ਼ਿਮਨੀ ਚੋਣ ਚੱਲ ਰਿਹਾ ਉਹਦੇ ਵਿੱਚ ਜਿਸ ਤਰ੍ਹਾਂ ਸਰਕਾਰ ਨੇ ਪੇਸ਼ਾਵਰ ਕਾਤਲਾਂ ਨੂੰ ਬਾਹਰ ਲੈ ਕੇ ਆਏ ਹੈ ਪੋਲ ਨੂੰ ਪ੍ਰਭਾਵਿਤ ਕਰਨ ਵਾਸਤੇ, ਉਹ ਸਾਰੀਆਂ ਗੱਲਾਂ ਇੱਕ ਬਹੁਤ ਹੀ ਮਾੜਾ ਪੰਜਾਬ ਦੇ ਉੱਤੇ ਇੱਕ ਕੁਝ ਹੀ ਲਾਈਟ 'ਚ ਪੰਜਾਬ ਨੂੰ ਦਿਖਾ ਰਿਹਾ। ਇਹ ਸਾਰੀਆਂ ਗੱਲਾਂ ਵੀ ਅੱਜ ਹੁਣ ਗਵਰਨਰ ਸਾਹਿਬ ਕੋਲ ਜਦੋਂ ਟਾਈਮ ਲੈ ਰੱਖਿਆ ਸੀ ਤਾਂ ਉਹਦੇ ਨਾਲ ਇਹਨਾਂ ਸਾਰੀਆਂ ਗੱਲਾਂ 'ਤੇ ਵੀ ਚਰਚਾ ਕੀਤੀ ਹੈ। ਉਹਨਾਂ ਨੇ ਵੀ ਕਿਹਾ ਵੀ ਮੈਂ ਕਾਨੂੰਨ ਵਿਵਸਥਾ ਦੇ ਉੱਤੇ, ਕੱਲ੍ਹ ਉਹ ਆਪ ਵੀ ਲੁਧਿਆਣੇ ਜਾ ਕੇ ਆਏ, ਮੈਂ ਉਹਨਾਂ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਆਪਣੇ ਆਪ ਜਾ ਕੇ ਕਾਨੂੰਨ ਵਿਵਸਥਾ ਦੀ ਚਿੰਤਾ ਜਾ ਕੇ ਉੱਥੇ ਜ਼ਾਹਿਰ ਕੀਤੀ ਹੈ। ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਹੋਸਪਿਟਲ ਦੇ ਵਿੱਚ ਵੀ ਉਹਨਾਂ ਨੂੰ ਬੁਲਾ ਕੇ ਡਾਕਟਰ ਦੇ ਨਾਲ ਗੱਲ ਕੀਤੀ ਹੈ, ਸੋ ਉਹਨਾਂ ਦਾ ਧੰਨਵਾਦ ਵੀ ਕਰਕੇ ਆਏ ਹਾਂ। ਪਰ ਅੱਜ ਪੰਜਾਬ ਦੇ ਸਾਹਮਣੇ ਜੋ ਹਾਲਾਤ ਬਣੇ ਹੋਏ ਲੋਅ ਐਂਡ ਆਰਡਰ ਦੇ, ਉਹ ਬਹੁਤ ਹੀ ਚਿੰਤਾਜਨਕ ਹੈ। ਉਹਨਾਂ ਨੇ ਵੀ ਇਸ ਗੱਲ ਨੂੰ ਸਵੀਕਾਰ ਕੀਤਾ। ਥੈਂਕ ਯੂ। ਲੋਅ ਐਂਡ ਆਰਡਰ ਦੇ ਵਿੱਚ ਨਸ਼ਾ ਵੀ ਹੈ ਸਾਹਿਬ, ਨਸ਼ੇ ਦਾ ਜਿਹੜਾ ਇਸ਼ੂ ਹੈ, ਜਿਸ ਤਰ੍ਹਾਂ ਦੇ ਰੋਜ਼ ਦੇ ਇੱਕ ਬੰਦੇ ਦੀ ਐਵਰੇਜ ਪੈ ਰਹੀ ਹੈ, ਉਹ ਸਾਰੀਆਂ ਗੱਲਾਂ ਸਾਹਮਣੇ ਹੈ। ਨਸ਼ਾ ਦੜਾ ਸੱਟਾ, ਖੁਦ ਮੁੱਖ ਮੰਤਰੀ ਕਹਿ ਰਹੇ ਵੀ ਬੱਚੇ ਬੱਚੇ ਨੂੰ ਪਤਾ ਜਲੰਧਰ ਦੇ ਅੰਦਰ ਕਿੱਥੇ ਵਿਕ ਰਹੇ, ਤੇ 2.5 ਸਾਲ ਕਰ ਕੀ ਰਹੇ ਸੀਗੇ ਸਾਹਿਬ। ਕੱਲੇ ਬੱਚੇ ਬੱਚੇ ਨੂੰ ਨੀ ਪਤਾ, ਉੱਥੇ ED ਦੇ ਜਿਹੜੇ ਉਸ ਟਾਈਮ ਪੁਰਾਣੇ ਡਾਇਰੈਕਟਰ ਸੀ ਨਿਰੰਜਨ ਸਿੰਘ, ਉਹ ਸਰੇਆਮ ਕਹਿ ਰਹੇ ਵੀ ਮੇਰੇ ਕੋਲ ਸਾਰੀ ਡਿਟੇਲਸ ਹੈ, ਮੇਰੇ ਤੋਂ ਸਰਕਾਰ ਬੁਲਾ ਕੇ ਲਵੇ, ਮੈਂ ਦੇਣ ਨੂੰ ਤਿਆਰ ਬੈਠਾ। ਕਿਉਂਕਿ ਲੋਅ ਐਂਡ ਆਰਡਰ ਦੀ ਤੁਸੀਂ ਗੱਲ ਕੀਤੀ ਹੈ, ਜਿਹੜਾ ਲੁਧਿਆਣੇ ਦੀ ਅਸੀਂ ਗੱਲ ਕਰ ਲਈਏ ਜਾਂ ਫਿਰ ਬਟਾਲਾ ਚ ਜਿਹੜਾ ਕੱਲ ਹੋਇਆ ਫਾਇਰਿੰਗ ਹੋਈ ਹੈ, 4 ਬੰਦਿਆਂ ਦੀ ਮੌਤ ਹੋ ਚੁੱਕੀ ਹੈ, ਇਸ ਤੋਂ ਇਲਾਵਾ ਨਸ਼ੇ ਦੀ ਗੱਲ ਕਰੀਏ, ਤਾਂ ਗਵਰਨਰ ਸਾਹਿਬ ਨੇ ਕੋਈ ਆਸ਼ਵਾਸਨ ਦਿੱਤਾ ਜਾਂ ਅੱਗੇ ਆਉਣ ਵਾਲੇ ਸਮਾਂ ਚ ਕੋਈ ਇਸ ਤਰ੍ਹਾਂ ਦੀ? ਦੇਖੋ, ਗਵਰਨਰ ਸਾਹਿਬ ਆਸ਼ਵਾਸਨ ਨਹੀਂ ਦਿੰਦੇ ਹੁੰਦੇ ਸਾਹਿਬ। ਗਵਰਨਰ ਸਾਹਿਬ ਦਾ ਇੱਕ ਉਹਨਾਂ ਦਾ ਜਿਹੜਾ ਦਾਇਤਵ ਹੈ, ਉਹ ਇੱਕ ਕੰਸਟੀਟਿਊਸ਼ਨਲ ਪੋਜੀਸ਼ਨ 'ਚ ਬੈਠੇ ਹੈ, ਪਰ ਉਹਨਾਂ ਨੇ ਇਸ ਗੱਲ ਨੂੰ ਬਿਲਕੁਲ ਸਵੀਕਾਰ ਕੀਤਾ ਵੀ ਇਹਦੀ ਉਹਨਾਂ ਨੂੰ ਵੀ ਚਿੰਤਾ ਹੈ। ਦੈਟ ਮੀਨਸ ਜੋ ਚਿੰਤਾ ਹੈ ਉਹ ਕੇਂਦਰ ਸਰਕਾਰ ਨੂੰ ਆਪਣੇ ਪ੍ਰੋਪਰ ਚੈਨਲਸ ਦੇ ਥਰੂ ਕਨਵੇ ਕਰਨਗੇ ਹੋਮ ਮਿਨਿਸਟਰੀ ਨੂੰ। ਹਰੇਕ ਚਿੰਤਾ ਦਾ ਵਿਸ਼ਾ ਹੈ, ਚਾਹੇ ਉੱਥੇ ਮੌੜ ਮੰਡੀ ਹੋਇਆ, ਚਾਹੇ ਮੌੜ ਮੰਡੀ ਦੇ ਅੰਦਰ ਹੋਇਆ, ਚਾਹੇ ਲੁਧਿਆਣੇ ਹੋਇਆ, ਚਾਹੇ ਆ ਜਿਹੜਾ ਹੁਣ ਬਟਾਲੇ ਹੋਇਆ, ਚਾਹੇ ਤਰਨ ਤਾਰਨ ਦੇ ਵਿੱਚ ਹੋਇਆ, ਰੋਜ਼ ਹੋ ਰਹੀਆਂ ਘਟਨਾਵਾਂ। ਦੇਖੋ, ਬਹੁਤ ਹੀ ਆ ਜਿਹੜੀ ਘਟੀਆ ਸੋਚ ਹੈ ਇਹ ਪੰਜਾਬ ਕਾਂਗਰਸ ਦੇ ਲੀਡਰਸ ਦੀ, ਜਿਹੜੀ ਹੈ ਪ੍ਰਤਾਪ ਬਾਜਵਾ ਦਾ ਬਿਆਨ ਜਿਹੜਾ ਉਹ ਉਸ ਪਾਸੇ ਨਿਗਾਹ ਕਰ ਰਹੇ ਹੈ। ਕੌਣ ਕਰ ਰਿਹਾ ਇਕੱਲੇ ਲੁਧਿਆਣੇ ਦੀ ਗੱਲ? ਕੌਣ ਕਰ ਰਿਹਾ ਲੁਧਿਆਣੇ ਦੀ ਗੱਲ? ਤੁਸੀਂ ਵਿਧਾਨ ਸਭਾ ਚ ਚੱਕਿਆ ਕਿਉਂ ਨੀ ਮੁੱਦਾ? ਕੌਣ ਨੀ ਬੋਲੇ? ਕੌਣ ਨੀ ਬੋਲੇ? ਦੇਖੋ, ਬਾਜਵਾ ਸਾਹਿਬ ਦੀ ਛੋਟੀ ਸੋਚ, ਪੰਜਾਬ ਕਾਂਗਰਸ ਦੀ ਜਿਹੜੀ ਆ ਛੋਟੀ ਸੋਚ ਹੈ,
ਉਹ ਬਹੁਤ ਹੀ ਮਾੜੀ ਹੈ ਪੰਜਾਬ ਵਾਸਤੇ। ਉਹ ਪੰਜਾਬ ਦੀ ਭਾਈਚਾਰਕ ਸਾਂਝ ਹੀ ਉਹਨਾਂ ਦੇ ਸਮਝ ਨਹੀਂ ਆਈ। ਉਹ ਜਿਹਨਾਂ ਵਾਸਤੇ ਆ ਕਰ ਰਹੇ ਹੈ ਬਾਜਵਾ ਸਾਹਿਬ, ਇੱਥੇ ਦੋ ਫਾੜ ਨਾ ਪਾਓ, ਤੁਸੀਂ ਬਚੋ ਇਹਨਾਂ ਗੱਲਾਂ ਤੋਂ। ਆਹ ਮਾੜੀ ਸੋਚ ਜਿਹੜੀ ਕਾਂਗਰਸ ਦੀ ਹੈ, ਬਹੁਤ ਪੰਜਾਬ ਵਾਸਤੇ ਘਾਤਕ ਹੈ। ਨਹੀਂ, ਉਹ ਉਸ ਮਸਲੇ ਤੇ ਕੋਈ ਗੱਲ ਨਹੀਂ ਹੋਈ, ਪਰ ਆਹ ਸਾਰੀ ਜਿਹੜੇ ਹੈ, ਯੂ ਹੈਵ ਟੂ ਜੁਆਇਨ ਦਾ ਡੋਟਸ ਇੱਕ ਦੇ ਬਾਅਦ ਇੱਕ। ਬਾਜਵਾ ਸਾਹਿਬ ਜਦੋਂ ਬੜੀ ਚਿੰਤਾ ਕਰ ਰਹੇ ਹੈ ਵੀ ਲੁਧਿਆਣੇ ਦੀ ਗੱਲ ਹੋਈ, ਬਾਜਵਾ ਸਾਹਿਬ ਨੰਗਲ ਤਾਂ ਨਹੀਂ ਜਾ ਕੇ ਆਏ? ਨੰਗਲ ਜਿਹੜਾ ਮਰਡਰ ਹੋਇਆ ਹੈ, ਇਸ ਏ ਹੇਟ ਕ੍ਰਾਈਮ, ਪਿਓਰ ਐਂਡ ਸਿੰਪਲ ਹੇਟ ਕ੍ਰਾਈਮ, ਉਹਦੇ 'ਤੇ ਤਾਂ ਬਾਜਵਾ ਸਾਹਿਬ ਨਹੀਂ ਜਾ ਕੇ ਆਏ। ਹੁਣ ਬਾਜਵਾ ਸਾਹਿਬ ਹੈ, ਆਈ ਵੁੱਡ ਸੇ ਘਟੀਆ ਸੋਚ ਹੈ, ਦੈਟਸ ਆਲ। ਆਹ ਪੰਜਾਬ ਕਾਂਗਰਸ ਲੀਡਰ ਦੀ ਘਟੀਆ ਸੋਚ। ਸੋਰੀ, ਕਾਨੂੰਨ ਦਾ ਫੈਸਲਾ ਹੈ ਸਰ, ਕਾਨੂੰਨ ਦਾ ਫੈਸਲਾ ਹੈ। ਜਦੋਂ ਜਿਹਦੇ ਹੱਕ 'ਚ ਹੋ ਜਾਂਦਾ ਉਹ ਕਾਨੂੰਨ ਨੂੰ ਸਹੀ ਦੱਸ ਰਹੇ ਹੈ। ਕਈ ਲੋਕ ਹੈ ਕਹਿੰਦੇ ਨੇ ਕੋਰਟਾਂ ਦਾ ਹਮੇਸ਼ਾ ਸਰਕਾਰ ਦੇ ਇਸ਼ਾਰੇ ਤੇ ਚੱਲਦੀਆਂ। ਜਦੋਂ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜਾਂਦੀ ਹੈ ਉਦੋਂ ਕੋਰਟ ਸਰਵੋਚ ਹੋ ਜਾਂਦੀ ਹੈ, ਜਦੋਂ ਅੰਦਰ ਕਰ ਦਿੰਦੇ ਉਹ ਕੋਰਟ ਮਾੜੀ ਲੱਗਣ ਲੱਗ ਜਾਂਦੀ ਹੈ। ਦੇਖੋ, ਆਰ ਰਿਲੇਸ਼ਨਸ਼ਿਪ, ਇੰਟਰਨੈਸ਼ਨਲ ਰਿਲੇਸ਼ਨਸ਼ਿਪ ਆਰ ਨਾਟ ਕਨਫਾਈਨਡ ਟੂ, ਇਟਸ ਨਾਟ ਅ ਪਰਸਨੈਲਿਟੀ ਬੇਸਡ ਥਿੰਗ, ਇਟ ਇਜ਼ ਅ ਸਟ੍ਰੈਟੇਜਿਕ ਡਿਸੀਜਨ ਟੇਕਨ ਬਾਏ ਟੂ ਸੋਵਰਨ ਸਟੇਟਸ ਇਨ ਦਾ ਬੈਸਟ ਇੰਟਰਸਟ ਆਫ ਬੋਥ ਦਾ ਸਟੇਟਸ। ਨੋਬਡੀ ਇਜ਼ ਗੋਇੰਗ ਟੂ ਕੰਪਰੋਮਾਈਜ਼ ਦੇਅਰ ਸੋਵਰਨ ਇੰਟਰਸਟ। ਸੋ ਆਈ ਥਿੰਕ ਇੰਡੀਆ ਹੈਜ਼ ਆਲਵੇਜ਼ ਬੀਨ ਨੋਨ, ਵੀ ਆਰ ਸਟੈਡਫਾਸਟ, ਐਂਡ ਆਈ ਥਿੰਕ ਫੋਰਨ ਪੋਲਿਸੀ is above and beyond any petty politics. They should not drag foreign policy into these kind of a thing. Who has done what? It has been nurtured over the years, and Russia has stood by us in very dire times. So I think we all appreciate their concern, and we maintain that our diplomatic relationship should not be held mortgage to their petty political thinking.